ਪੁੱਤ ਮਾਰਨਾ ਪੰਜਾਬ ਸਰਕਾਰ ਨੂੰ ਲੜਨਾ ਉੱਥੇ ਵੀ ਜੇ ਮੈਂ ਹਮੇਸ਼ਾ ਕਹਿੰਦਾ ਕਿ ਸਰਕਾਰ ਕਾਤਲ ਹੈ ਸਿੱਧੂ ਮੂਸੇਵਾਲਾ ਸਟੇਟ ਨੇ ਕਰਵਾਇਆ ਪੰਜਾਬ ਦੀ ਇੰਟੈਲੀਜੈਂਸੀ ਨੇ ਕਰਾਇਆ ਉਹਨਾਂ ਨੇ ਕਿਹਾ ਕਿ ਮਹਾਰਾਜ ਸਾਹਿਬ ਨੇ ਚਾਰ ਪੁੱਤ ਵਾਰੇ ਨੇ ਤਾਂ ਮੇਰਾ ਤਾਂ ਇਕੱਲਾ ਹੀ ਸੀ ਆਪਣੇ ਮਨ ਨੂੰ ਤਸੱਲੀ ਦੇਣ ਦੀ ਗੱਲ ਹੈ ਕਿ ਗੁਰੂ ਸਾਹਿਬ ਦਾ ਬੰਦਾ ਆਪਣੇ ਤੋਂ ਵੱਡਿਆਂ ਲੋਕਾਂ ਦਾ ਸੋਚਦਾ ਉਹਨਾਂ ਦੇ ਪਾਏ ਹੋਏ ਪੂਰਨਿਆਂ ਵਾਲਾ ਸੋਚਦਾ ਤਾਂ ਇਹਨਾਂ ਲੋਕਾਂ ਨੂੰ ਉਹਨਾਂ ਨੂੰ ਆ ਗੋਲਡੀ ਬਰਾਡ ਲੋਰੈਂਸ ਬਿਸ਼ਨੋਈ ਵਰਗੇ ਇਹ ਬੰਦਿਆਂ ਨੂੰ ਮੈਂ ਕਹਿੰਦਾ ਵੀ ਇਹਨਾਂ ਨੇ ਆਪਣੇ ਆਪ ਨੂੰ ਕਿਤੇ ਰਾਤ ਨੂੰ ਇਹ ਅੱਖਾਂ ਲੂੜਦੇ ਹੋਣਗੇ ਨਾ ਇਹਨਾਂ ਨੂੰ ਆਪਣੇ ਆਪ ਦੇ ਲੜਨਾ ਪੈਂਦੀਆਂ ਹੋਣੀਆਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਨਾਲ ਫੋਟੋਆਂ ਪਵਾ ਕੇ ਸਾਡਾ ਕੱਦ ਵੱਡਾ ਨਹੀਂ ਹੋਣਾ ਕਿਉਂਕਿ ਉਹ ਉੱਪਰ ਜਾਣਦਾ ਕਿ ਅਸੀਂ ਆਪਣੇ ਆਪ ਨੂੰ ਵਾਇਰਲ ਕਰਨ ਲਈ ਉਹਨਾਂ ਦੀਆਂ ਨਾਲ ਫੋਟੋਆਂ ਪਾ ਰਹੇ ਹਾਂ ਜਾਂ ਬਾਕੀ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਤੇ ਸਾਨੂੰ ਦਰਦ ਸੀ ਉਹਦੇ ਨਾਲ ਜਾਂ ਅਸੀਂ ਉਸ ਵੇਲੇ ਨੰਬਰ ਬਟੋੜਦੇ ਸੀ ਉਸ ਵੇਲੇ ਉਹਦੀ ਵਿਰੋਧਤਾ ਕਰਕੇ ਕੰਟਰੋਵਰਸੀ ਕਰਕੇ ਸਾਨੂੰ ਲਾਈਕ ਅਤੇ ਸ਼ੇਅਰ ਮਿਲਣਗੇ ਜਾਂ ਅਸੀਂ ਹੁਣ ਉਹਦੀ ਜਿਹੜੀ ਹੈ ਉਹਦੇ ਜਾਣ ਤੋਂ ਬਾਅਦ ਆ ਉਹਦੇ ਮਾਤਾ ਪਿਤਾ ਦਾ ਜਿਹੜਾ ਉਹ ਉਹਨਾਂ ਨੂੰ ਯੂਜ਼ ਕਰਕੇ ਜਾਂ ਉਹਦੇ ਨਾਂ ਨੂੰ ਯੂਜ਼ ਕਰਕੇ ਅਸੀਂ ਨੰਬਰ ਬਟੋੜਦੇ ਹਾਂ ਦੋ ਗੱਲਾਂ ਜਿਹੜੇ ਬਹੁਤ ਵਾਇਰਲ ਹੋ ਰਹੀਆਂ ਜਿਹਨਾਂ ਨੂੰ ਲਾਹਨਤਾਂ ਪੈ ਰਹੀਆਂ ਨੇ ਇੱਕ ਕੋਈ ਪੱਤਰਕਾਰ ਹੈ ਉਹ ਇਹ ਪੁੱਛਦਾ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਵੀ ਤੁਹਾਡਾ ਵਿਆਹ ਕਿਵੇਂ ਹੋਇਆ ਸੀ ਇਹ ਤਾਂ ਹਲੇ ਕੁਛ ਨਹੀਂ ਇੱਕ ਇਹ ਤੋਂ ਅੱਗੇ ਹੋਰ ਆਉਂਦਾ ਉਹ ਕਹਿੰਦਾ ਜੀ ਪੜ ਤੇ ਥਾਪੀ ਮਾਰ ਕੇ ਦਿਖਾ ਲਓ ਚੰਗੀਆਂ ਗੱਲਾਂ ਨੂੰ ਲੋਕਾਂ ਦਾ ਪਿਆਰ ਕਰਕੇ ਉਹਨਾਂ ਨੂੰ ਇੱਕ ਜਿਉਣ ਦੀ ਆਸ ਕਿਰਨ ਲੋਕਾਂ ਵਿੱਚ ਦਿਖਦੀ ਤੁਸੀਂ ਮਾਂ ਨੂੰ ਦੇਖਦੇ ਨਾ ਜਿਹੜੇ ਬੱਚਿਆਂ ਨੂੰ ਪਰੋਸਦੀ ਆ ਆਪਣੀ ਗੋਦੀ 'ਚ ਬਹਾਲਦੀ ਆ ਪੁੱਛ ਕੇ ਦੇਖਿਓ ਕਿਤੇ ਉਹਦੇ ਨਾਲ ਉਹਦੀ ਰਾਤ ਕਿਵੇਂ ਲੰਘਦੀ ਆ ਦਿਨੇ 'ਚ ਲੰਘ ਜਾਂਦਾ ਮਾਤਾ ਪਿਤਾ ਦਾ ਪਰ ਰਾਤ ਕਿਵੇਂ ਲੰਘਦੀ ਆ ਥਾਪੀ ਮਾਰ ਕੇ ਦਿਖਾਓ ਪਿਤਾ ਜੀ ਨਾ ਤੁਸੀਂ ਉਸ ਵੇਲੇ ਚਿਹਰੇ ਵੀ ਦੇਖਿਓ ਉਹਦੇ ਚਿਹਰੇ ਵੱਲ ਦੇਖਿਓ ਕਿ ਉਹ ਥਾਪੀ ਮਾਰਨ ਦੀ ਹਿੰਮਤ ਹੈ ਉਹਦੇ ਕੋਲ ਜਦੋਂ ਵੀ ਕਿਤੇ ਉਸ ਪਿਓ ਨੂੰ ਮਾਂ ਨੂੰ ਇੱਕ ਸਕਿੰਟ ਵੀ ਸਿੱਧੂ ਦੇ ਪੁਰਾਣੇ ਅੱਜ ਤੋਂ 5-6 ਮਹੀਨੇ ਪਹਿਲਾਂ ਦੀ ਗੱਲ ਕੋਈ ਯਾਦ ਆਉਂਦੀ ਹੋਣੀ ਤੇ ਚੀਜ਼ ਨਿਕਲਦੀ ਹੋਣੀ ਉਹਨਾਂ ਦੀ ਤੇ ਉਹਨਾਂ ਦੇ ਮੁਹਰੇ 5 ਪਹਾੜ ਦੀ ਜ਼ਿੰਦਗੀ ਹੈ ਉਹ ਆਪਣੇ ਮਤਲਬ ਕਿ ਪਿਓ ਤੇ ਮਾਤਾ ਆਪਣੀ ਆਪਣੇ ਜਿਉਂਦੇ ਜੀ ਆਪਣੀ ਲਾਸ਼ ਨੂੰ ਲਈ ਫਿਰਦੇ ਨੇ ਕਿਤੇ ਹੋ ਕੇ ਦੇਖੀਏ ਆਪਾਂ ਉਹਨਾਂ ਦੇ ਲੈਵਲ ਤੇ ਫਿਰ ਅਸੀਂ ਦੇਖੀਏ ਵੀ ਥਾਪੀਆਂ ਕਿਵੇਂ ਵੱਜਦੀਆਂ ਨੇ ਤੇ ਕਿਵੇਂ ਅਸੀਂ ਕਹਿੰਦੇ ਕਿ ਤੁਹਾਡੀ ਲਵ ਮੈਰਿਜ ਹੋਈ ਸੀ ਕਿ ਤੁਹਾਡੀ ਅਰੇਂਜ ਮੈਰਿਜ ਹੋਈ ਸੀ ਹੁਣ ਕੋਈ ਕਹਿ ਰਿਹਾ ਕਿ ਸਿੱਧੂ ਨੂੰ ਅਸੀਂ ਵਿਰੋਧ ਕਰਦੇ ਸੀਗੇ ਹੁਣ ਅਸੀਂ ਉਹ ਤੋਂ ਮਾਫ਼ੀ ਮੰਗਦੇ ਇਹ ਗੱਲਾਂ ਕਰਨ ਦਾ ਕੋਈ ਬੈਨੀਫਿਟ ਨਹੀਂ ਚਾਹੇ ਤੁਸੀਂ ਮਾਫ਼ੀ ਮੰਗੋ ਚਾਹੇ ਨਾ ਮੰਗੋ ਤੁਹਾਨੂੰ ਕੋਈ ਕਹਿੰਦਾ ਥੋੜ੍ਹੀ ਆ ਉਸੇ ਪਿਤਾ ਦੇ ਇੱਕ ਵਾਰ ਚਿਹਰੇ ਵਾਲਾਂ ਦੇਖਿਓ ਉਸ ਮਾਂ ਦੇ ਚਿਹਰੇ ਵਾਲਾਂ ਦੇਖਿਓ ਉਹਦੀ ਉਹ ਜਿਹੜੀ ਦੇਖਣੀ ਆ ਨਾ ਹਰ ਬੱਚੇ ਵੱਲਾਂ ਉਹ ਆਪਣੇ ਸਿੱਧੂ ਨੂੰ ਲੱਭਦੀ ਆ ਹਰ ਬੱਚੇ ਨੂੰ ਜਦੋਂ ਉਹ ਪਰੋਸਦੀ ਨਾ ਸਿਰ ਬੱਚੇ ਬੱਚੀ ਦਾ ਉਹ ਆਪਣੇ ਸ਼ਬਦੀਪ ਨੂੰ ਲੱਭਦੀ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਜਗਜੀਤ ਸਿੰਘ ਜੀਤਾ ਤਕਰੀਬਨ ਤੁਸੀਂ ਜਾਣਦੇ ਹੋ ਪਿਛਲੇ 11-12 ਸਾਲ ਤੋਂ ਮੀਡੀਆ ਨਾਲ ਜੁੜੇ ਹਾਂ ਮੀਡੀਆ ਨਾਲ ਜੁੜੇ ਰਹਿਣ ਕਰਕੇ ਬਹੁਤ ਗੱਲਾਂ ਦਾ ਪਤਾ ਲੱਗਿਆ ਨੇੜਿਓਂ ਹੋ ਕੇ ਦੇਖਣ ਦਾ ਪਰ ਮੈਂ ਅੱਜ ਉਸ ਗੱਲ 'ਤੇ ਗੱਲ ਨਹੀਂ ਕਰਨੀ ਅੱਜ ਆਪਾਂ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਪਿਤਾ ਅਤੇ ਮਾਤਾ ਜੀ ਪਿਛਲੇ ਦਿਨਾਂ ਤੋਂ ਇੰਗਲੈਂਡ ਦੀ ਫੇਰੀ 'ਤੇ ਨੇ ਕੁਛ ਮੀਡੀਆ ਵਾਲਿਆਂ ਨੇ ਉਹਨਾਂ ਨੂੰ ਬੁਲਾਇਆ ਲੋਕਾਂ ਦੀ ਉਹਨਾਂ ਨੂੰ ਚਾਹੁਣ ਵਾਲਿਆਂ ਦੇ ਰੂਬਰੂ ਕਰਾਉਣਾ ਸੀਗਾ ਪਰ ਜੇ ਆਪਾਂ ਓਵਰਹੋਲ ਦੇਖੀਏ ਉਹਨਾਂ ਦੀ ਫੇਰੀ ਨੂੰ ਜਾਂ ਉਹਨਾਂ ਦੇ ਜਿੰਨੀਆਂ ਫੋਟੋ ਬਾਹਰ ਆਈਆਂ ਨੇ ਕਲਿਪਸ ਬਾਹਰ ਆਏ ਨੇ ਸਨਮਾਨ ਕੀਤਾ ਗਿਆ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਵੀ ਮਿਲੇ ਨੇ ਉਹ ਹੋਲੀਵੁੱਡ ਦੀਆਂ ਜਿਹੜੀਆਂ ਕਿ ਵੱਡੀਆਂ ਵੱਡੀਆਂ ਹਸਤੀਆਂ ਜਿਹੜਾ ਜਿਨ੍ਹਾਂ ਦਾ ਕਿਤੇ ਮਤਲਬ ਕਿ ਵੱਡਾ ਨਾਂ ਆ ਰੈਪਰ ਜਿਹੜੇ ਨੇ ਉਹ ਵੀ ਮਿਲੇ ਨੇ ਹਰ ਕਿਸੇ ਤਰ੍ਹਾਂ ਜਿਵੇਂ ਕਿ ਜਿਵੇਂ ਜਿਵੇਂ ਪਿਆਰ ਆ ਉਹਨਾਂ ਨੇ ਆਪਣਾ ਪਿਆਰ ਇਸ ਟਾਈਮ ਉਹਨਾਂ ਦੇ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਕਿਉਂਕਿ ਜਦੋਂ ਮੈਂ ਉਹਨਾਂ ਦੇ ਵੱਲ ਦੇਖਦਾ ਮੈਨੂੰ ਯਾਦ ਹੈ ਕਿ ਮੈਂ ਉਸ ਵੇਲੇ ਪੰਜਾਬ ਸੀ ਅਸੀਂ ਕਵਰ ਵੀ ਕੀਤਾ ਜਿੰਨੇ ਕੁ ਜੋਗੇ ਸੀਗੇ ਪਰ ਅਸੀਂ ਨੰਬਰ ਨਹੀਂ ਬਣਾਏ ਸਾਹਮਣੇ ਵੀ ਨਹੀਂ ਆਏ ਕਿਉਂਕਿ ਇਹ ਸਮਾਂ ਨੰਬਰਾਂ ਦਾ ਨਹੀਂ ਜਿਸ ਮਾਂ ਪੇ ਦਾ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦਾ ਇਕਲੌਤਾ ਮੁੰਡਾ ਪੁੱਤ ਵੀ ਉਹ ਕਿ ਸਰਵਣ ਪੁੱਤ ਕਹਿ ਸਕਦੇ ਹਾਂ ਕਿ ਜਿਹੜਾ ਦੁਨੀਆਂ ਦੇ ਵਿੱਚ ਜਿਹਨੇ ਨਾਂ ਕੀਤਾ ਜਿਉਂਦਿਆਂ ਨੂੰ ਕੋਈ ਨਹੀਂ ਪੁੱਛਦਾ ਉਹਨੂੰ ਗਏ ਨੂੰ ਕਿੰਨਾ ਸਮਾਂ ਹੋ ਗਿਆ ਅਤੇ ਹਰ ਰੋਜ਼ ਜਿਹੜਾ ਉਹਨੂੰ ਚਾਹੁਣ ਵਾਲਿਆਂ ਦੀ ਗਿਣਤੀ ਵੱਧਦੀ ਆ
जे दूजे पासे मैं कह दवां माता पिता बहुत करमां वाले भी ने जिन्हां नूं महाराज ने इदां दा पुत झोली च पाया। उन्होंने लफ्ज़ जिहड़े आ पिछले दिनां चों नहीं किया क्योंकि अगला महीना जिहड़ा है वह साढ़े दसवें पातशाह के परिवार विछोड़े का सरबंस दानी जिहड़ा कि सफरे शहादत मनाया जा शुरू हो जाना अगले महीने दसंबर के विच जिहड़ियां ठंडियां रातां जिवें परिवार विछोड़ा होया सच्चे पातशाह का। उन्होंने कहा कि महाराज साहब ने चार पुत वारे ने तो मेरा तो कला ही सी। अपने मन में तसली देने की गल है कि गुरु साहब का बंदा अपने तो बड़िया लोगों का सोचता उन्होंने पाए हुए पूरनिया वाला सोचता, पर मैं गल इस फेरी की यह करांगा नंबर बनाने वाले की जां कुछ गल्लां सोशल मीडिया से वायरल हुई ने खास करके टिकटॉकीए जां किसी बंदे नूं इह ही नहीं पता वी मैं किहड़े मौके ते गल किहड़ी करनी आ। सिद्धू मूसेवाले दे माता पिता दे नाल फोटोआं पवा के साडा कद वड्डा नहीं होना क्योंकि वो उपर जाणदा कि असीं अपने आप नूं वायरल करन लई उहनां दे नाल फोटोआं पा रहे हाँ। जां वाकई जदों सिद्धू मूसेवाला जिउंदा सी कि सानूं दर्द सी उहदे नाल, जां असीं उस वेले नंबर बटोरदे सी उस वेले उहदी विरोधता करके कंट्रोवर्सी करके भी सानू लाइक तो शेयर मिलणगे, जां असीं हुण उहदी जिहड़ी है उहदे जाण तों बाद आ उहदे माता पिता का जिहड़ा उह उहनां नूं यूज़ करके जां उहदे नां नूं यूज़ करके असीं नंबर बटोरदे हाँ। थोड़ा ध्यान ना देखो तुहानूं पता लग जाणा। इह फेरी दे दौरान मैं एक दो गल्लां करांगा जिहड़ी कि इस टाइम सोशल मीडिया ते बहुत वायरल हो रहीयां ने। कल दा जिहड़ा उहनां दा परसों चौथे जिहड़ा उहनां दा शाम नूं जिहड़ी नाइट सीगी उहनां नूं प्यार करन वाले पहुँचे उत्थे लखां दे हज़ारां दी गिणती दे विच है। जे तुसीं उहदा एक पोस्टर भी शेयर कर दिओ ते तुहाडी प्रोफाइल वड्डी हुंदी आ। अज समां प्रोफाइल वड्डी करन दा ते जिहड़ी उत्थे गल्लां कुछ बाहर आईयां कुछ पत्रकारां ने जिन्हां नूं लग्गिया कि वाकिया ही असीं जिन्हां नूं मौका मिलिया बई उन्होंने नाल गलबात करन दा लोकां दे नाल रूबरू कराउंदा उत्थे दो गल्लां एक लंबियां है दो गल्लां जिहड़े बहुत वायरल हो रहीयां जिन्हां नूं लाणतां पै रहीयां ने। एक कोई पत्रकार है वह यह पुछदा है सिद्धू मूसेवाले दे माता पिता नूं वी तुहाडा विआह किवें होया सी, वह अपने पुत दी लाश मोढ़ियां ते भार चक्की फिरदे ने। जे पत्रकार साहब तुसीं उन्हां नूं आ गल पुछदे हो तो तुहाडी पत्रकारी का पता लगता वी किड्डी कि तुसीं पत्रकारी कीती है जां तुहानूं इस गल दा समझ ही नहीं वी जदों किसे दा सारा कुछ उजड़िया होवे ना उत्थे इदां दीआं इदां दे शब्द जां इदां दी गल कोई स्टेटमेंट जां उन्हां नाल डायलॉग करना वह मैनूं ते लगता अपने आप ते एक घटियापन है। इह ते हले कुछ नहीं एक इह तों अगे होर आउंदा वो कहिंदा जी पड़ते थापी मार के दिखा लो। तुसीं ध्यान दे नाल वो मोमेंट देखियो असीं भी पावांगे इत्थे वे जदों ने गल कही पड़ते थापी मारे ने मैनूं लगता कि माँ नूं ते पे नूं पुत सब तो प्यारा हुंदा ते जदों उहनां दा पुत्तर खास करके इदां दा होनहार मैं बहुत बार गल कहिंदा हुंदा कि माँ तों ते पुत अमली नहीं झल हुंदा जिहड़ा कि तखड़ा नशेड़ी होवे। ये तो मुंडे ने इन इस सिद्धू ने तो अपने माँ पे की पहचान बनाई है, मतलब कि अज वो जिउंदे ने उहदियां चंगियां गल्लां नूं लोकां दा प्यार करके उहनां नूं एक जिउण की आस किरण लोकां विच दिखदी। तुसीं माँ नूं देखदे ना छोटे छोटे बच्चों नूं परोसदी आ अपनी गोदी च बहालदी आ उहनूं पुछ के देखियो कि उहदे नाल उहदी रात किवें लंघदी आ। दिन ते लंघ जांदा माता पिता दा पर रात किवें लंघदी आ। पर उत्थे जिहड़ी उस बंदे ने जिहड़ी अपने जिहड़ा अकल दा जनाजा कढ़िया कि थापी मार के दिखाओ पिता दी ना तुसीं उस वेले चेहरे भी देखियो उहदे चेहरे वल देखियो कि वह थापी मारन की हिम्मत है उहदे कोल। दुनियादारी जिउणा पैणा। पर मैं एक गल ये जरूर कहनी चाहुंदा तुसीं बहुत सियाणे क्योंकि असीं ते बड़ा टिकटॉक इदां दीआं चीज़ां च है नहीं ना सानूं जरूरत है ये तो रब बचा के रखे। पर मैं थोनों एक गल करदा अपने फेम वास्ते इन्ना मना गिरीए असी कि जदों असी कोई गल करते हैं वो गल दे नाल सानू तो लगता साडा वजन है पर उल्टा साडी अकल का जनाजा निकलता। वो मैनू दो गल्लां जिहड़ियां इह मैनू बड़े फोन भी आए मित्रां दे भी चलो थोड़ा जिहा आपां इस टाइम मीडिया तो दूर भी हैं थोड़ा इस करके एक गल्लां दा भी भाई इदां गल हुई। हर बंदे ने अपना कैमरा तैयार रखिया सी फोटो खिंचण ठीक है
ਉਹ ਵਿਚਾਰਿਆਂ ਨੂੰ ਵੀ ਤੁਹਾਡੇ ਵਿੱਚੋਂ ਸਾਰਿਆਂ 'ਚੋਂ ਇੰਨੇ ਪਿਆਰ ਕਰਕੇ ਉਹਨਾਂ ਦਾ ਦਿਨ ਜਿਹੜਾ ਉਹ ਸੌਖਾ ਲੰਘਦਾ ਹੋਏਗਾ। ਪਰ ਮੈਨੂੰ ਇਸ ਗੱਲ ਦਾ ਮੈਂ ਮਹਿਸੂਸ ਕਰਦਾ ਕਿ ਜਦੋਂ ਵੀ ਕਿਤੇ ਉਸ ਪਿਓ ਨੂੰ ਮਾਂ ਨੂੰ ਇੱਕ ਸਕਿੰਟ ਵੀ ਸਿੱਧੂ ਦੇ ਪੁਰਾਣੇ ਅੱਜ ਤੋਂ 5-6 ਮਹੀਨੇ ਪਹਿਲਾਂ ਦੀ ਗੱਲ ਕੋਈ ਯਾਦ ਆਉਂਦੀ ਹੋਣੀ ਤਾਂ ਚੀਸ ਨਿਕਲਦੀ ਹੋਣੀ ਉਹਨਾਂ ਦੀ। ਅਤੇ ਉਹਨਾਂ ਦੇ ਮੁਹਰੇ 5 ਪਹਾੜ ਦੀ ਜ਼ਿੰਦਗੀ ਹੈ। ਉਹ ਆਪਣੇ ਮਤਲਬ ਕਿ ਪਿਓ ਅਤੇ ਮਾਤਾ ਆਪਣੀ ਆਪਣੇ ਜਿਉਂਦੇ ਜੀ ਆਪਣੀ ਲਾਸ਼ ਨੂੰ ਲਈ ਫਿਰਦੇ ਨੇ। ਕਿਤੇ ਹੋ ਕੇ ਦੇਖੀਏ ਆਪਾਂ ਉਹਨਾਂ ਦੇ ਲੇਵਲ 'ਤੇ, ਅਤੇ ਫਿਰ ਅਸੀਂ ਦੇਖੀਏ ਵੀ ਥਾਪੀਆਂ ਕਿਵੇਂ ਵੱਜਦੀਆਂ ਨੇ ਅਤੇ ਕਿਵੇਂ ਅਸੀਂ ਕਹਿੰਦੇ ਕਿ ਤੁਹਾਡੀ ਲਵ ਮੈਰਿਜ ਹੋਈ ਸੀ ਕਿ ਤੁਹਾਡੀ ਅਰੇਂਜ ਮੈਰਿਜ ਹੋਈ ਸੀ। ਇਹ ਗੱਲਾਂ ਮੈਂ ਆਪ ਜੀ ਨੂੰ ਦੱਸਣੀਆਂ ਚਾਹੁੰਦਾ। ਇਹ ਬਹੁਤ ਮਤਲਬ ਕਿ ਅਸੀਂ ਨੀਚਲੇ ਪੱਧਰ ਤੱਕ ਚਲੇ ਗਏ ਹਾਂ। ਹੁਣ ਕੋਈ ਕਹਿ ਰਿਹਾ ਕਿ ਸਿੱਧੂ ਨੂੰ ਅਸੀਂ ਵਿਰੋਧ ਕਰਦੇ ਸੀਗੇ, ਹੁਣ ਅਸੀਂ ਉਹ ਤੋਂ ਮਾਫ਼ੀ ਮੰਗਦੇ। ਇਹ ਗੱਲਾਂ ਕਰਨ ਦਾ ਕੋਈ ਬੈਨੀਫਿਟ ਨਹੀਂ। ਚਾਹੇ ਤੁਸੀਂ ਮਾਫ਼ੀ ਮੰਗੋ ਚਾਹੇ ਨਾ ਮੰਗੋ, ਤੁਹਾਨੂੰ ਕੋਈ ਕਹਿੰਦਾ ਥੋੜ੍ਹੀ ਆ। ਜੋ ਪਿੱਛੇ ਹੋ ਗਿਆ ਸਾਰੇ ਲੋਕਾਂ ਨੂੰ ਪਤਾ ਹੈ। ਪਰ ਐਂਡ ਦਾ ਡੇ ਜਿਹੜਾ ਮਾਂ ਦਾ ਪੁੱਤ ਚਲਾ ਗਿਆ ਉਹਨੇ ਮੁੜ ਕੇ ਨਹੀਂ ਆਉਣਾ। ਅਤੇ ਲਾਹਣ ਤਾਂ ਇਹਨਾਂ ਲੋਕਾਂ ਨੂੰ, ਉਹਨਾਂ ਨੂੰ ਆ ਗੋਲਡੀ ਬਰਾਡ ਅਰ ਲੋਰੈਂਸ ਬਿਸ਼ਨੋਈ ਵਰਗੇ ਇਹ ਬੰਦਿਆਂ ਨੂੰ ਮੈਂ ਕਹਿੰਦਾ ਵੀ ਇਹਨਾਂ ਨੇ ਆਪਣੇ ਆਪ ਨੂੰ ਕਿਤੇ ਰਾਤ ਨੂੰ ਇਹ ਅੱਖਾਂ ਮੀਟਦੇ ਹੋਣਗੇ ਨਾ, ਇਹਨਾਂ ਨੂੰ ਆਪਣੇ ਆਪ 'ਤੇ ਲਾਹਣਤਾਂ ਪੈਂਦੀਆਂ ਹੋਣੀਆਂ। ਜੱਗੂ ਭਗਵਾਨਪੁਰੀ ਆ ਇਹ ਜਿਹੜੇ ਬੰਦੇ ਜਿੰਨੇ ਵੀ ਮੈਂ ਕਹਿ ਸਕਦਾ ਜਿੰਨੇ ਇਸ ਕਤਲ ਦੇ ਵਿੱਚ ਉਸ ਘਰ ਨੂੰ ਉਜਾੜਨ ਦੇ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਆ ਉਹ ਸਾਰੇ ਮਤਲਬ ਆਪਣੇ ਆਪ ਨੂੰ ਲਾਹਣਤਾਂ ਪਾਉਂਦੇ। ਠੀਕ ਹੈ ਬੰਦੇ ਨੂੰ ਕਈ ਵਾਰ ਲੱਗਦਾ ਫੇਸਬੁੱਕ 'ਤੇ ਪਾ ਦਿਓ ਮੇਰਾ ਵੱਡਾ ਨਾਂ ਹੋ ਜੂ, ਪਰ ਨਹੀਂ ਤੁਸੀਂ ਸੋਚ ਕੇ ਦੇਖਿਓ ਮੇਰੇ ਹਿਸਾਬ ਨਾਲ ਤੁਹਾਡੀ ਬਦਮਾਸ਼ੀ ਆ ਨਾ, ਜਦੋਂ ਗੱਲ ਤੁਹਾਡੀ ਭੋਟ ਪੈਂਦੀ ਆ ਉਸ ਵੇਲੇ ਤੁਹਾਨੂੰ ਲਾਹਣਤਾਂ ਹੀ ਪੈਂਦੀਆਂ ਨੇ। ਅਤੇ ਲਾਹਣਤਾਂ ਦੇ ਤੁਸੀਂ ਹੱਕਦਾਰ ਵੀ ਹੋ। ਹੱਸਦਾ ਵੱਸਦਾ ਤੁਸੀਂ ਉਹਨਾਂ ਦਾ ਘਰ ਉਜਾੜ ਦਿੱਤਾ। ਉਸੇ ਪਿਤਾ ਦੇ ਇੱਕ ਵਾਰ ਚਿਹਰੇ ਵਾਲਾਂ ਦੇਖਿਓ, ਉਸ ਮਾਂ ਦੇ ਚਿਹਰੇ ਵਾਲਾਂ ਦੇਖਿਓ, ਉਹਦੀ ਉਹ ਜਿਹੜੀ ਦੇਖਣੀ ਆ ਨਾ ਹਰ ਬੱਚੇ ਵੱਲਾਂ ਉਹ ਆਪਣੇ ਸਿੱਧੂ ਨੂੰ ਲੱਭਦੀ ਆ। ਹਰ ਬੱਚੇ ਨੂੰ ਜਦੋਂ ਉਹ ਪਰੋਸਦੀ ਨਾ ਸਿਰ ਬੱਚੇ ਬੱਚੀ ਦਾ, ਉਹ ਆਪਣੇ ਸ਼ੁਭਦੀਪ ਨੂੰ ਲੱਭਦੀ ਹੈ। ਸੋ ਇਹ ਕੁਛ ਗੱਲਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਵੀ ਇਹ ਹੋਣੀਆਂ ਨੇ, ਆਉਣੀਆਂ ਨੇ ਵਾਧੂ ਸਾਹਮਣੇ। ਸਾਡੇ ਕੋਲ ਤਾਂ ਜਿਗਰਾ ਹੀ ਨਹੀਂ ਪੈਂਦਾ। ਮੈਂ ਤਾਂ ਕਹਾਂਗਾ ਵੀ ਸਾਡਾ ਜਿਗਰਾ ਹੀ ਨਹੀਂ ਹੈਗਾ ਕਿ ਅਸੀਂ ਉਸ ਮਾਤਾ ਪਿਤਾ ਦੇ ਸਾਹਮਣੇ ਜਾ ਕੇ ਵੀ ਖੜ੍ਹੇ ਹੋਈਏ। ਫੋਟੋ ਪਾਉਣੀਆਂ ਤਾਂ ਬਹੁਤ ਵੱਡੀਆਂ ਗੱਲਾਂ ਨੇ। ਇਹ ਗੱਲ ਮੈਂ ਕਹਿਣੀ ਚਾਹੁੰਦਾ, ਅਸੀਂ ਗਏ ਉੱਥੇ, ਸਾਰੇ ਪ੍ਰੋਗਰਾਮ ਰਿਕਾਰਡ ਵੀ ਕੀਤੇ, ਲਾਈਵ ਵੀ ਕੀਤੇ, ਸਾਰਾ ਕੁਛ ਜਿੰਨੇ ਜੋਗੇ ਸੀ ਦਰਦ ਦੇ ਵਿੱਚ ਆਪ ਮੈਂ ਉਸੇ ਸੀ। ਪਰ ਮੈਂ ਨਹੀਂ ਇਹ ਚੀਜ਼ਾਂ ਸ਼ੇਅਰ ਕੀਤੀਆਂ ਕਿਉਂਕਿ ਇਹਦਾ ਬੈਨੀਫਿਟ ਹੀ ਨਹੀਂ। ਇਹ ਤਕਲੀਫ ਦਿੰਦੀਆਂ ਨੇ ਦਿਨ ਪਰ ਰਾਤ। ਅਸੀਂ ਇਹ ਗੱਲ ਕਰਦੇ ਹਾਂ, ਛੱਡੋ ਬਾਕੀ ਗੱਲਾਂ, ਕਿਸੇ ਕੋਈ ਹੱਕ ਨਹੀਂ ਕਿਸੇ ਦਾ। ਇੱਕੋ ਇੱਕ ਜੀ ਜਿਹੜਾ ਪੁੱਤ ਮਾਰ ਦੇਣਾ, ਪੰਜਾਬ ਸਰਕਾਰ ਨੂੰ ਲਾਹਣਤ ਆ ਉੱਥੇ ਦੀ। ਇਹ ਮੈਂ ਹਮੇਸ਼ਾ ਕਹਿੰਦਾ ਕਿ ਸਰਕਾਰ ਕਾਤਲ ਆ ਸਿੱਧੂ ਮੂਸੇਵਾਲੇ ਦੀ। ਸਟੇਟ ਨੇ ਕਰਵਾਇਆ, ਪੰਜਾਬ ਦੀ ਇੰਟੈਲੀਜੈਂਸੀ ਨੇ ਕਰਵਾਇਆ, ਜਿਵੇਂ ਵੀ ਕਰਵਾਇਆ, ਉਹ ਸਾਰੇ ਹੀ ਇਹ ਬੰਦੇ ਜਿਹੜੇ ਆ ਇਹ ਦੋਸ਼ੀ ਨੇ। ਅਤੇ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਅੱਗੇ, ਜਿੰਨੇ ਦੋਸ਼ੀ ਨੇ ਸੱਚੇ ਪਾਤਸ਼ਾਹ ਸਜ਼ਾ ਤੁਸੀਂ ਦੇਣੀ ਇਹਨਾਂ ਨੂੰ। ਸੋ ਮੈਂ ਇਸ ਕਰਕੇ ਕਹਿੰਦਾ ਟਿਕਟੋਕੀਆਂ ਨੂੰ, ਫੋਟੋ ਖਿਚਾਉਣ ਵਾਲਿਆਂ ਨੂੰ, ਥੋੜ੍ਹਾ ਜਿਹਾ ਆਪਣੀ ਦਿਮਾਗ ਵਰਤੋ, ਥੋੜ੍ਹਾ ਜਿਹਾ, ਬਹੁਤ ਜ਼ਿਆਦਾ ਨਹੀਂ। ਗੱਲ ਕਰਨ ਤੋਂ, ਪੋਸਟ ਪਾਉਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਇਹਦਾ ਨਤੀਜਾ ਕੀ ਆ, ਜਾਂ ਉਸ ਪੋਸਟ ਨੂੰ ਆਪਣੇ 'ਤੇ ਲਾ ਕੇ ਦੇਖ ਲਿਆ ਕਰੋ ਵੀ ਆਪਣੇ ਘਰ ਤੁਹਾਡਾ ਆਪਣਾ ਜਿਗਰ ਦਾ ਟੁਕੜਾ ਗਿਆ ਹੋਵੇ, ਤੁਹਾਨੂੰ ਇਹ ਸਵਾਲ ਕੋਈ ਕਰੇ, ਸ਼ਾਇਦ ਤੁਸੀਂ ਇਸ ਚੀਜ਼ ਦਾ ਜਿਹੜਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਧੰਨਵਾਦ ਹੈ, ਮੈਨੂੰ ਤਾਂ ਇਜਾਜ਼ਤ, ਰੱਬ ਰੱਖਾ।